ਕਈ ਸਿੱਖ ਸਨ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਚੌਂ ਕੁੰਟਾਂ ਦੇ ਵਿੱਚ ਜਾ ਕੇ ਲੁਕਾਈ ਨੂੰ ਤਾਰਨ ਵਿੱਚ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ, ਇੱਕ ਭਾਈ ਬਾਲਾ ਇੱਕ ਭਾਈ ਮਰਦਾਨਾ। ਪਰ ਮੈਨੂੰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਭਾਈ ਬਾਲੇ ਦਾ ਦੇਖੋ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਰਾ ਪੰਥ ਮਨਾਉਣ ਜਾ ਰਿਹਾ, ਭਾਈ ਬਾਲੇ ਦਾ ਕਿਤੇ ਜ਼ਿਕਰ ਹੀ ਨਹੀਂ, ਕੋਈ ਨਹੀਂ ਇਸ ਗੱਲ ਉੱਤੇ ਆਵਾਜ਼ ਉਠਾਉਂਦਾ ਕਿ ਭਾਈ ਬਾਲਾ ਜੀ ਨੂੰ ਵੀ ਯਾਦ ਕਰੀਏ, ਭਾਈ ਮਰਦਾਨਾ ਜੀ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੀ ਐਡੀ ਭਾਰੀ ਸੇਵਾ ਕੀਤੀ। ਸਾਧ ਸੰਗਤ ਜੀ, ਸਾਡੇ ਕੋਲ ਭਾਈ ਬਾਲਾ ਜੀ ਦੇ ਐਡੇ ਵੱਡੇ ਇਤਿਹਾਸਕ ਪ੍ਰਮਾਣ ਮੌਜੂਦ ਹਨ ਕਿ ਖਡੂਰ ਸਾਹਿਬ ਅੱਜ ਵੀ ਗੁਰਦੁਆਰਾ ਤਪਿਆਣਾ ਸਾਹਿਬ ਦੇ ਨਾਲ ਹੀ ਭਾਈ ਬਾਲਾ ਜੀ ਦੀ ਸਮਾਧ ਹੈ, ਜਿੱਥੇ ਉਹਨਾਂ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਸਾਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਨੇ ਸੁਣਾਈ। ਪੈੜੇ ਮੋਖੇ ਤੋਂ ਸੁਲਤਾਨਪੁਰ ਸਾਹਿਬ ਤੋਂ ਬੁਲਾ ਕੇ ਉਹ ਸਾਰੀ ਕਥਾ ਲਿਖਾਈ, ਜਿਸ ਦਾ ਨਾਮ ਭਾਈ ਬਾਲੇ ਵਾਲੀ ਜਨਮ ਸਾਖੀ ਹੈ। ਭਾਈ ਬਾਲੇ ਦਾ ਖੂਹ ਅੱਜ ਵੀ ਸ਼੍ਰੀ ਨਨਕਾਣਾ ਸਾਹਿਬ ਸੰਭਾਏ ਮਾਨ ਹੈ। ਐਡੇ ਵੱਡੇ ਇਤਿਹਾਸਕ ਪ੍ਰਮਾਣ ਹੋਣ, ਕੁਝ ਲੋਕ ਸਾਜਿਸ਼ੀ ਢੰਗ ਨਾਲ ਭਾਈ ਬਾਲਾ ਜੀ ਨੂੰ ਮਨਫੀ ਕਰ ਰਹੇ ਹੈ ਕਿ ਭਾਈ ਬਾਲਾ ਨਾਮ ਦਾ ਸਿੱਖ ਹੀ ਨਹੀਂ ਹੋਇਆ, ਦੁਬਧਾ ਪਾਉਣ ਵਾਸਤੇ ਸੰਗਤਾਂ ਦੇ ਵਿੱਚ। ਸੋ ਭਾਈ, ਆਪਾਂ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਕਿ ਇਹ ਦੋ ਸਿੱਖ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਹੇ ਅੱਠੇ ਪੈਰ। ਭਾਈ ਬਾਲਾ ਜੀ ਨੇ ਚੌਰ ਦੀ ਸੇਵਾ, ਵਸਤਰਾਂ ਦੀ ਸੇਵਾ, ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣਾ, ਅਤੇ ਸਤਿਗੁਰੂ ਜੀ ਦੀ ਆਗਿਆ ਵਿੱਚ ਜਿੱਥੇ ਸਤਿਗੁਰਾਂ ਨੇ ਭੇਜਣਾ ਉੱਥੇ ਭਾਈ ਮਰਦਾਨਾ ਜੀ ਨੇ ਜਾਣਾ। ਇਸ ਕਰਕੇ ਦੋ ਸਿੱਖ ਅੱਠੇ ਪਹਿਰ ਸਤਿਗੁਰੂ ਜੀ ਦੇ ਨਾਲ ਰਹੇ। ਸਾਨੂੰ ਇਹਨਾਂ ਗੁਰਸਿੱਖਾਂ ਦੀ ਯਾਦ ਜ਼ਰੂਰ ਬਰ ਜ਼ਰੂਰ ਨਾਲ ਮਨਾਉਣੀ ਚਾਹੀਦੀ ਹੈ। ਭਾਈ ਬਾਲਾ ਜੀ ਨੂੰ ਵੀ ਯਾਦ ਕਰੋ, ਭਾਈ ਮਰਦਾਨਾ ਜੀ ਨੂੰ ਵੀ ਯਾਦ ਕਰੋ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਕੀਤੀ ਹੈ। ਥੋੜ੍ਹਾ ਥੋੜ੍ਹਾ ਕਿਸੇ ਪੱਖ ਵਿੱਚ ਕਿਤੇ ਵੀ ਕੋਈ ਯੋਗਦਾਨ ਪਾਵੇ, ਆਪਾਂ ਸਦਾ ਯਾਦ ਰੱਖਦੇ ਹਾਂ ਕਿ ਫਲਾਨੇ ਬੰਦੇ ਨੇ ਆਹ ਭਲਾ ਕੀਤਾ, ਪਰਉਪਕਾਰ ਕੀਤਾ, ਨੇਕ ਦਾ ਕੰਮ ਕੀਤਾ। ਜਿਹੜਾ ਇਤਿਹਾਸ ਅੱਜ ਆਪਾਂ ਸੁਣ ਰਹੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ, ਜਿੰਨਾ ਵੀ, ਜੇ ਭਾਈ ਬਾਲਾ ਨਾ ਹੁੰਦੇ ਗੁਰੂ ਨਾਨਕ ਸਾਹਿਬ ਦਾ ਜੀਵਨ ਬਿਰਤਾਂਤ ਸਾਨੂੰ ਕਿੱਥੋਂ ਮਿਲਣਾ ਸੀ। ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਦਾ ਸਾਰਾ ਇਤਿਹਾਸ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਇਸ ਤੋਂ ਵੱਡੀ ਦੇਣ ਹੋਰ ਕੀ ਹੋ ਸਕਦੀ ਹੈ? ਭਾਈ ਬਾਲੇ ਦੀ ਜਨਮ ਸਾਖੀ ਵਿੱਚੋਂ ਅੱਗੇ ਭਾਈ ਮਨੀ ਸਿੰਘ ਨੇ ਜਨਮ ਸਾਖੀ ਲਿਖੀ ਹੈ, ਜਾਂ ਹੋਰ ਵੀ ਜਨਮ ਸਾਖੀਆਂ ਅੱਗੇ ਜ਼ਿਕਰ ਆਇਆ ਉਹਨਾਂ ਦਾ ਜਿੰਨੀਆਂ ਵੀ, ਉਹਨਾਂ ਸਾਰਿਆਂ ਦਾ ਮੁੱਢ ਭਾਈ ਬਾਲਾ ਜੀ ਹੈ। ਇਸ ਕਰਕੇ ਭਾਈ ਬਾਲਾ ਜੀ ਦਾ ਬਹੁਤ ਵੱਡਾ ਪਰਉਪਕਾਰ ਹੈ। ਭਾਈ ਬਾਲਾ ਜੀ ਨੂੰ ਅਖੀਰ ਤੱਕ ਗੁਰੂ ਅੰਗਦ ਦੇਵ ਜੀ ਨੇ ਆਪਣੇ ਚਰਨਾਂ ਵਿੱਚ ਆਪਣੇ ਪਾਸ ਰੱਖਿਆ। ਇਹ ਉਹਨਾਂ ਦਾ ਪਰਉਪਕਾਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸਾਡੇ ਤੱਕ ਪਹੁੰਚਿਆ ਹੈ। ਇਸ ਕਰਕੇ ਤਾਂ ਮੈਂ ਜ਼ਿਕਰ ਕੀਤਾ ਕਿ ਭਾਈ ਬਾਲਾ ਜੀ ਨੂੰ ਅੱਜ ਇਹਨਾਂ ਸਮਾਗਮਾਂ ਵਿੱਚੋਂ ਬਿਲਕੁਲ ਮਨਫੀ ਕੀਤਾ ਜਾ ਰਿਹਾ, ਭਾਵ ਉਹਨਾਂ ਦਾ ਕੋਈ ਨਾਮ ਹੀ ਨਹੀਂ ਲੈ ਰਿਹਾ।
ਉਹਨਾਂ ਬਾਰੇ ਕੋਈ ਜ਼ਿਕਰ ਹੀ ਨਹੀਂ ਕਰਨਾ ਪਾ ਰਿਹਾ, ਉਹਨਾਂ ਦੀ ਕੋਈ ਯਾਦ ਮਨਾਉਣ ਬਾਰੇ ਨਾ ਕੋਈ ਕੀਰਤਨ ਦਰਬਾਰ, ਨਾ ਕੋਈ ਉਹਨਾਂ ਦੀ ਯਾਦ ਨੂੰ ਸਮਰਪਿਤ ਕੋਈ ਬਿਲਡਿੰਗਾਂ, ਕੋਈ ਸਮਾਗਮ, ਬਿਲਕੁਲ ਹੀ ਨਹੀਂ। ਇੰਨੀ ਅਵੇਸਲਾਪੁਣਾ ਅਤੇ ਇੰਨੀ ਅਣਗਹਿਲੀ ਦਿਖਾਈ ਜਾ ਰਹੀ ਹੈ, ਨਾਲ ਖੋਟੀ ਨੀਅਤ ਵੀ ਹੈ ਕਿ ਭਾਈ ਬਾਲੇ ਨੂੰ ਮਨਫੀ ਕਰ ਦਿਓ। ਭਾਈ ਬਾਲਾ ਨਾਮ ਦਾ ਸਿੱਖੀ ਨਹੀਂ ਹੋਇਆ, ਜਦੋਂ ਭਾਈ ਬਾਲੇ ਨੂੰ ਵਿੱਚੋਂ ਪਾਸੇ ਕੱਢ ਦਿਓਗੇ ਤਾਂ ਫਿਰ ਇਹ ਵੀ ਗੱਲ ਕਹਿ ਦਿਆਂਗੇ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਜੇ ਬਾਲਾ ਸਿੱਖ ਨਹੀਂ ਹੋਇਆ ਤਾਂ ਉਹਨਾਂ ਦੀ ਜਨਮ ਕਥਾ ਵੀ ਨਹੀਂ ਕਿਸੇ ਨੇ ਲਿਖਾਈ, ਉਹਨਾਂ ਦਾ ਇਤਿਹਾਸ ਵੀ ਨਹੀਂ ਕਿਸੇ ਨੇ ਲਿਖਾਇਆ। ਭਾਵ ਭਾਈ ਬਾਲਾ ਜੀ ਦਾ ਨਾਮ ਪਾਸੇ ਕਰਨ ਨਾਲ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਵੀ ਆਪਣੇ ਆਪ ਹੀ ਪਾਸੇ ਹੋ ਜਾਏਗਾ ਕਿ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਦਾ ਮੂਲ ਸਰੋਤ ਜਿਹੜਾ ਭਾਈ ਬਾਲਾ ਨਾ, ਜਦੋਂ ਉਸੇ ਨੂੰ ਪਾਸੇ ਕਰ ਦਿੱਤਾ ਫਿਰ ਇਤਿਹਾਸ ਪਿੱਛੇ ਕੀ ਰਹਿ ਗਿਆ? ਕੌਣ ਦੱਸੇਗਾ ਕਿ ਪਹਿਲਾ ਇਤਿਹਾਸ ਕਿਹਨੇ ਸੁਣਾਇਆ ਸੀ? ਇਹ ਬੜੀ ਖੋਟੀ ਚਾਲ ਹੈ, ਨੀਅਤ ਹੈ ਇਹਨਾਂ ਲੋਕਾਂ ਦੀ, ਪਰ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਸੋ ਭਾਈ ਬਾਲਾ ਜੀ ਧੰਨ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਜ਼ੁਬਾਨੀ ਸਾਰਾ ਇਤਿਹਾਸ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ ਦੀਵਾਨ ਵਿੱਚ ਬੈਠ ਕੇ ਸਰਵਣ ਕਰਵਾਇਆ। ਇਸ ਲਈ ਸੰਗਤ ਜੀ, ਇਹ ਦੋ ਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਅਖੀਰ ਤੱਕ ਸਤਿਗੁਰਾਂ ਦੀ ਸੇਵਾ ਕਰਦੇ ਰਹੇ, ਔਰ ਇਹਨਾਂ ਨੇ ਕੀਰਤਨ ਦੀ ਸੇਵਾ ਆਪਣੇ ਜੀਵਨ ਵਿੱਚ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨਾਲ ਨਿਭਾਈ। ਫਿਰ ਦੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਫਿਰ ਅੱਗੇ ਤੋਂ ਅੱਗੇ ਗੁਰੂ ਘਰ ਵਿੱਚ ਇਹ ਕੀਰਤਨ ਦੀ ਪਰੰਪਰਾ ਸ਼ੁਰੂ ਹੋਈ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਐਸਾ ਅਮੋਲਕ ਕੀਰਤਨ ਜਿਸ ਦੀ ਦਾਤ ਸਾਨੂੰ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕੀਤੀ ਹੈ। ਕੀਰਤਨ ਭਗਤੀ ਕਲਯੁੱਗ ਦੇ ਵਿੱਚ ਸਭ ਤੋਂ ਵੱਡੀ ਭਗਤੀ ਮੰਨੀ ਹੈ। ਸੋ ਨੌ ਤਰ੍ਹਾਂ ਦੀ ਭਗਤੀ ਹੈ, ਸਭ ਤੋਂ ਸ਼੍ਰੋਮਣੀ ਸਾਧ ਸੰਗਤ ਦੀ ਕੀਰਤਨ ਭਗਤੀ ਹੈ। ਤੁਸੀਂ ਅੱਗੇ ਵੇਖੋਗੇ ਕਿ ਕਿੰਨੀ ਕੀਰਤਨ ਭਗਤੀ ਦੀ ਮਹਿਮਾ ਧੰਨ ਗੁਰੂ ਅਰਜਨ ਦੇਵ ਜੀ ਆਪਣੇ ਮੁਖਾਰ ਬਿੰਦ ਤੋਂ ਆਪ ਉਚਾਰਨ ਕਰ ਰਹੇ ਹਨ।